ਸਤਿ ਅਕਾਲ ਜੀ ਜਸ ਮੈਂ ਜਸਨੂ ਰਾਜਨ ਜਾਨ ਤਮਾਲ ਜੀ ਤੇ ਅੱਜ ਮੈਂ ਤੁਹਾਨੂੰ ਸੁਣਾਵਾਂਗਾ ਛੋਟੇ ਛੋਟੇ ਚੁਟਕਲੇ ਯਾਨੀ ਜੋਕਸ ਤੇ ਚਲੋ ਸਟਾਰਟ ਕਰਦੇ ਹਾਂ ਇੱਕ ਹੁੰਦੀ ਹੈ ਅਨਪੜ੍ਹ ਕੁੜੀ ਤੇ ਇੱਕ ਹੁੰਦੀ ਹੈ ਪੜ੍ਹੀ ਲਿਖੀ ਕੁੜੀ ਪੜ੍ਹੀ ਲਿਖੀ ਕੁੜੀ ਆਪਣੇ ਹਸਬੈਂਡ ਨੂੰ ਕਹਿੰਦੀ ਹੈ ਉੱਠੋ ਜੋ ਗੁੱਡ ਮੋਰਨਿੰਗ ਹੋਰ ਜਿਹੜੀ ਹੁਣ ਅਨਪੜ੍ਹ ਕੁੜੀ ਹੁੰਦੀ ਹੈ ਉਹ ਗੱਲ ਸੁਣ ਲੈਂਦੀ ਹੈ ਉਹ ਸੋਚਦੀ ਹੈ ਵੀ ਮੈਂ ਵੀ ਆਪਣੇ ਹਸਬੈਂਡ ਨੂੰ ਐਂ ਕਹੂੰਗੀ ਹੁਣ ਉਹਨੂੰ ਕਹਿਣਾ ਤਾਂ ਆਉਂਦਾ ਨੀ ਗੁੱਡ ਮੋਰਨਿੰਗ ਘਰੇ ਜਾ ਕੇ ਆਪਣੇ ਹਸਬੈਂਡ ਨੂੰ ਕਹਿੰਦੀ ਹੈ ਉੱਠ ਜੋ ਜੀ ਗੋਡਾ ਮਾਰੂ ਹੁਣ ਜੋ ਉਹਦਾ ਹਸਬੈਂਡ ਹੁੰਦਾ ਉਹ ਵੀ ਹੋ ਜਾਂਦਾ ਕੱਬੇ ਕੱਬਾ ਸੁਭਾਅ ਵਾਲਾ ਕਹਿੰਦਾ ਜੀ ਤੂੰ ਮੇਰੇ ਗੋਡਾ ਮਾਰੂ ਤਾਂ ਮੈਂ ਤੇਰੇ ਲੱਤ ਨੀ ਮਾਰੂ ਇੱਕ ਹੁੰਦਾ ਚੰਗੂ ਤੇ ਦੂਆ ਹੁੰਦਾ ਮੰਗੂ ਉਹ ਦੋਨੇ ਟੋਇਲਟ ਜਾਂਦੇ ਉੱਥੇ ਹੁੰਦਾ ਭੂਤ ਉਹ ਕਹਿੰਦੇ ਹੈ ਭੂਤ ਨੂੰ ਵੀ ਤੂੰ ਸ਼ੁਰੂ ਕਰ ਲਓ ਸਾਡਾ ਤਾਂ ਪਹਿਲਾਂ ਹੀ ਨਿਕਲੇ ਆ ਕੁੜੀ ਸਾਈਕਲ ਤੇ ਜਾਂਦੀ ਹੈ ਉੱਥੇ ਅੱਗੇ ਗੋਬਰ ਹੁੰਦਾ ਦੋ ਬੰਦੇ ਖੜੇ ਹੁੰਦੇ ਹੈ ਉਹ ਜੋ ਕੁੜੀ ਦੀ ਸਾਈਕਲ ਹੁੰਦੀ ਹੈ ਉਹ ਗੋਬਰ ਤੇ ਚੜ ਜਾਂਦੀ ਹੈ ਫਿਰ ਉਹ ਦੋ ਬੰਦੇ ਹੁੰਦੇ ਉਹ ਕਹਿੰਦੇ ਹੈ ਵਾਹ ਵਾਹ ਕੇ ਘੱਟ ਗਿਆ ਕੇ ਘੱਟ ਆ ਫਿਰ ਕੁੜੀ ਆਪਣੀ ਸਾਈਕਲ ਉਤਰ ਕੇ ਉਹਨਾਂ ਨੂੰ ਕਹਿੰਦੀ ਹੈ ਜੇ ਕੇਕ ਕੱਟ ਗਿਆ ਤਾਂ ਆਪਣਾ ਆਪਣਾ ਪੀਸ ਚੱਕ ਕੇ ਤੁਰਦੇ ਬਣੋ ਇੱਕ ਵਾਰ ਇੱਕ ਬਿੱਲੀ ਹੁੰਦੀ ਹੈ ਤੇ ਚੂਹਾ ਉਹ ਦੁਨੀਆਂ ਦੀ ਰੇਸ ਲੱਗ ਜਾਂਦੀ ਹੈ ਤੇ ਅੱਗੇ ਚੂਹਾ ਤੇ ਪਿੱਛੇ ਬਿੱਲੀ ਚੂਹਾ ਆਪਣੇ ਬਿੱਲਮਾ ਲੁਕ ਜਾਂਦਾ ਹੈ ਤੇ ਬਿੱਲੀ ਉਹਦੀ ਪੂੰਝ ਫੜ ਲੈਂਦੀ ਹੈ ਫਿਰ ਚੂਹਾ ਅੰਦਰ ਨੂੰ ਖਿੱਚਦਾ ਬਿੱਲੀ ਬਾਹਰ ਨੂੰ ਤੇ ਉਹਦੀ ਪੂੰਝ ਟੁੱਟ ਜਾਂਦੀ ਹੈ ਚੂਹੇ ਦੀ ਤੇ ਫਿਰ ਬਿੱਲੀ ਕਹਿੰਦੀ ਹੈ ਚੂਹੇ ਚੂਹੇ ਆਪਣੀ ਪੂੰਝ ਤਾਂ ਲੈ ਜਾ ਪਰ ਫਿਰ ਚੂਹਾ ਕਹਿੰਦਾ ਕੋਈ ਨਾ ਯਾਰ ਲੜੇ ਉਹ ਠੀਕ ਹੈ ਇੱਕ ਵਾਰ ਜੇ ਇੱਕ ਜੱਟ ਦੇ ਘਰਾਂ ਆਉਂਦਾ ਹੈ ਅੰਗਰੇਜ਼ ਨੂੰ ਜੱਟ ਪੁੱਛਦੇ ਹੈ ਵੀ ਤੁਸੀਂ ਕਹਿ ਲਓਗੇ ਅੰਗਰੇਜ਼ ਕਹਿੰਦਾ ਵਨ ਕੱਪ ਟੀ ਫਿਰ ਅੰਗਰੇਜ਼ਾਂ ਨੂੰ ਹੁਣ ਆਉਂਦਾ ਨੀ ਫਿਰ ਉਹ ਜਾਂਦੇ ਹੈ ਟੋਇਲਟ ਮਾਂ ਉੱਥੇ ਦੇ ਪੋਟੀ ਚੱਕ ਕੇ ਲਿਆਉਂਦੇ ਹੈ ਅੰਗਰੇਜ਼ ਦੇ ਸਾਹਮਣੇ ਰੱਖ ਦਿੰਦੇ ਹੈ ਅੰਗਰੇਜ਼ ਕਹਿੰਦਾ ਵਟ ਫਿਰ ਪੰਜਾਬੀ ਕਹਿੰਦੇ ਹੈ ਜਿਹੜੇ ਹੁੰਦੇ ਹੈ ਉਹ ਕਹਿੰਦੇ ਹੈ ਸ਼ਿਸ਼ ਸ਼ਿਟੀ ਚੱਟ ਬਾਏ ਅਗਰ ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਮਤ ਭੁੱਲਿਓ।